ਨੈਸ਼ਨਲ ਡੇਂਗੂ ਦਿਵਸ ਮੌਕੇ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਤੇ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਸਿਵਲ ਸਰਜਨ ਡਾਕਟਰ ਜਸਵੀਰ ਸਿੰਘ ਦੀ ਦੇਖਰੇਖ 'ਚ ਲੋਕਾਂ ਨੂੰ ਡੇਂਗੂ ਪ੍ਰਤੀ ਜਾਗਰੂਕ ਕਰਨ ਲਈ ਜਾਗਰੂਕਤਾ ਸਮੱਗਰੀ ਵੰਡੀ ਗਈ। ਇਸ ਮੌਕੇ ਸਿਵਲ ਸਰਜਨ ਡਾਕਟਰ ਜਸਵੀਰ ਸਿੰਘ ਵੱਲੋਂ ਡੇਂਗੂ ਜਾਗਰੂਕਤਾ ਪੈਂਫਲੇਟ ਅਤੇ ਕੋਰੋਨਾ ਨਾਲ ਸੰਬੰਧਿਤ ਸਿੱਖਿਅਕ ਸਮੱਗਰੀ ਹਸਪਤਾਲ 'ਚ ਪਹੁੰਚੇ ਮਰੀਜ਼ਾਂ ਅਤੇ ਲੋਕਾਂ 'ਚ ਵੰਡੀ ਗਈ। ਇਸ ਮੌਕੇ ਡਾਕਟਰ ਜਸਵੀਰ ਸਿੰਘ ਨੇ ਲੋਕਾਂ ਨੂੰ ਡੇਂਗੂ ਦੀ ਬਿਮਾਰੀ ਦੇ ਫੈਲਣ ਦੇ ਕਾਰਨਾਂ ਲੱਛਣਾਂ ਅਤੇ ਸਾਵਧਾਨੀਆਂ ਸੰਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਜੇਕਰ ਡੇਂਗੂ ਸੰਬੰਧੀ ਲੱਛਣ ਕਿਸੇ ਵੀ ਵਿਅਕਤੀ 'ਚ ਪਾਏ ਜਾਂਦੇ ਨੇ ਤਾਂ ਉਸਨੂੰ ਨਜ਼ਦੀਕੀ ਸਿਹਤ ਕੇਂਦਰ ਤੋਂ ਆਪਣੀ ਜਾਂਚ ਕਰਵਾ ਕੇ ਇਸ ਦਾ ਇਲਾਜ ਕਰਵਾਉਣਾ ਚਾਹੀਦਾ ਹੈ। ਉਹਨਾਂ ਦੱਸਿਆ ਕਿ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ 'ਚ ਇਸ ਦਾ ਇਲਾਜ ਬਿਲਕੁਲ ਮੁਫਤ ਕੀਤਾ ਜਾਂਦਾ ਹੈ। ਹੁਸ਼ਿਆਰਪੁਰ ਤੋਂ ਚੇਤਨ ਕਸ਼ਪ ਦੀ ਰਿਪੋਰਟ। ਇਹ ਅੱਜ ਦਾ ਜਿਹੜਾ 15 ਮਈ ਹੈਗੀ ਹੈ ਨੈਸ਼ਨਲ ਡੇਂਗੂ ਡੇ ਦੇ ਤੌਰ 'ਤੇ ਅਸੀਂ ਮਨਾ ਰਹੇ ਹਾਂ ਔਰ ਹਰੇਕ ਸਾਲ ਜਿਹੜਾ ਨੈਸ਼ਨਲ ਡੇਂਗੂ ਡੇ ਅਸੀਂ ਸੈਲੀਬ੍ਰੇਟ ਇਸ ਕਰਕੇ ਕਰ ਰਹੇ ਹਾਂ ਕਿ ਜਿਹੜੇ ਲੋਕ ਨੇ ਉਹਨਾਂ ਨੂੰ ਅਵੇਅਰਨੈਸ ਕ੍ਰੀਏਟ ਕੀਤੀ ਜਾਵੇ ਕਿ ਡੇਂਗੂ ਡੇ ਜਿਹੜਾ ਹੈਗਾ ਡੇਂਗੂ ਤੋਂ ਕਿਵੇਂ ਬਚਣਾ ਹੈ ਔਰ ਡੇਂਗੂ ਸਾਨੂੰ ਪਤਾ ਕਿ ਮੱਛਰ ਦੇ ਥਰੂ ਜਿਹੜਾ ਇਹ ਡੇਂਗੂ ਫੈਲਦਾ ਹੈ ਔਰ ਹਰੇਕ ਸਾਲ ਬਹੁਤ ਸਾਰੇ ਪੇਸ਼ੈਂਟਸ ਨੇ ਜਿਹੜੇ ਉਹ ਡੇਂਗੂ ਦੇ ਕਾਰਨ ਸੀਰੀਅਸ ਹੋ ਜਾਂਦੇ ਆ ਔਰ ਹੋਸਪਿਟਲ ਦੇ ਵਿੱਚ ਐਡਮਿਸ਼ਨਸ ਹੁੰਦੀਆਂ ਉਹਨਾਂ ਦੀਆਂ ਔਰ ਉਹਨਾਂ ਦਾ ਆਊਟ ਆਫ ਪਾਕਟ ਐਕਸਪੈਂਸਿਸ ਬਹੁਤ ਜ਼ਿਆਦਾ ਖਰਚਾ ਹੁੰਦਾ ਔਰ ਇਸ ਨੂੰ ਖਰਚੇ ਤੋਂ ਬਚਣ ਲਈ ਅਸੀਂ ਔਰ ਡੇਂਗੂ ਤੋਂ ਬਚਣ ਲਈ ਜਿਹੜਾ ਹੈ ਲੋਕਾਂ ਨੂੰ ਅਵੇਅਰਨੈਸ ਕ੍ਰੀਏਟ ਕੀਤੀ ਜਾਂਦੀ ਹੈ ਔਰ ਲਗਾਤਾਰ ਕੀਤੀ ਜਾਂਦੀ ਹੈ ਤਾਂ ਕਿ ਜਿਹੜਾ ਮੱਛਰਾਂ ਤੋਂ ਡੇਂਗੂ ਹੁੰਦਾ ਹੈ ਉਹਨਾਂ ਤੋਂ ਬਚਾਅ ਕੀਤਾ ਜਾ ਸਕੇ। ਸੋ ਸਾਰੇ ਨਾਗਰਿਕਾਂ ਨੂੰ ਮੇਰੀ ਇਹੀ ਅਪੀਲ ਹੈ ਕਿ ਜਿਹੜੇ ਵੀ ਇਹ ਜਿਹੜੇ ਇੰਡੀਕੇਟਰਸ ਨੇ ਡੇਂਗੂ ਦੇ ਸਿੰਪਟਮਸ ਨੇ ਸਾਈਨ ਸਿੰਪਟਮਸ ਹੁੰਦੇ ਹੈ ਔਰ ਉਹਨਾਂ ਨੂੰ ਜਾਗਰੂਕ ਹੋਣਾ ਚਾਹੀਦਾ ਔਰ ਕਿਵੇਂ ਫੈਲਦਾ ਇਹਨਾਂ 'ਤੇ ਵੀ ਜਾਗਰੂਕ ਹੋਣਾ ਚਾਹੀਦਾ ਔਰ ਜਿੰਨੇ ਵੀ ਸਾਡੇ ਜਿਵੇਂ ਅਸੀਂ ਦਿਨ ਰੱਖੇ ਹੋਏ ਫਰਾਈਡੇ ਡਰਾਈਡੇ ਸੋ ਹਰੇਕ ਫਰਾਈਡੇ ਨੂੰ ਆਪਣੇ ਆਪਣੇ ਘਰਾਂ ਦੇ ਵਿੱਚ ਝਾਤੀ ਮਾਰ ਕੇ ਸਾਨੂੰ ਦੇਖ ਲੈਣਾ ਚਾਹੀਦਾ ਕਿ ਕੋਈ ਪਾਣੀ ਤਾਂ ਨਹੀਂ ਖੜ੍ਹਾ ਸਾਡੀਆਂ ਟੈਂਕੀਆਂ ਦੇ ਵਿੱਚ ਓਵਰਫਲੋ ਤਾਂ ਨਹੀਂ ਹੋ ਰਿਹਾ ਜਾਂ ਸਾਡੇ ਗਮਲਿਆਂ ਦੇ ਵਿੱਚ ਜਾਂ ਟੁੱਟੇ ਹੋਏ ਬਰਤਨਾਂ ਦੇ ਵਿੱਚ ਕੋਈ ਪਾਣੀ ਤਾਂ ਨਹੀਂ ਖੜ੍ਹਾ। ਸੋ ਇਸ ਤਰ੍ਹਾਂ ਜੇ ਅਸੀਂ ਹਰ ਰੋਜ਼ ਆਪਣੀ ਆਲੇ ਦੁਆਲੇ ਦਾ ਝਾਤੀ ਮਾਰ ਕੇ ਦੇਖਾਂਗੇ ਜੇ ਪਾਣੀ ਨੂੰ ਅਸੀਂ ਨਾ ਖੜਨ ਦਈਏ ਤਾਂ ਮੈਂ ਸਮਝਦਾ ਕਿ ਇਹ ਡੇਂਗੂ ਤੋਂ ਕਾਫੀ ਹੱਦ ਤੱਕ ਸਾਨੂੰ ਬਚਾਅ ਹੋ ਸਕਦਾ ਕਿਉਂਕਿ ਇਹਦੇ ਵਿੱਚ ਉਸੇ ਤਰ੍ਹਾਂ ਹੀ ਜਿਵੇਂ ਬੁਖਾਰ ਤੇਜ਼ ਬੁਖਾਰ ਅੱਖਾਂ ਦੇ ਵਿੱਚ ਦਰਦ ਜਾਂ ਸਕਿਨ ਦੇ ਉੱਤੇ ਦਾਣੇ ਜਾਂ ਇਸ ਤਰ੍ਹਾਂ ਦੇ ਜਿਹੜੇ ਸਿੰਪਟਮਸ ਹੈ ਕਾਮਨ ਸਿੰਪਟਮਸ ਹੈ ਉਹ ਆ ਜਾਂਦੇ ਆ ਔਰ ਜਿਹਦੇ ਕਰਕੇ ਪੇਸ਼ੈਂਟ ਨੂੰ ਹਸਪਤਾਲ ਆਉਣਾ ਪੈਂਦਾ। ਜਿੰਨੇ ਵੀ ਸਾਡੀਆਂ ਸਿਹਤ ਸੰਸਥਾਵਾਂ ਵਿੱਚ ਦਵਾਈ ਇਹਨਾਂ ਦੀ ਫ੍ਰੀ ਮਿਲ ਰਹੀ ਹੈ ਜਿੰਨੇ ਵੀ ਸਾਡੀਆਂ ਸਿਹਤ ਸੰਸਥਾਵਾਂ ਹੈਗੀਆਂ ਇਹਦੀ ਪ੍ਰੀਵੈਂਟਿਵ ਐਸਪੈਕਟ ਜਿਹੜੀ ਹੈਗੀ ਹੈ ਉਹ ਸਾਰੇ ਪਾਸੇ ਦੇਖੀ ਜਾ ਰਹੀ ਹੈ ਔਰ ਦਵਾਈ ਜਿਹੜੀ ਹੈਗੀ ਹੈ ਉਹ ਸਾਰੇ ਸੈਂਟਰਾਂ ਦੇ ਵਿੱਚ ਉਪਲਬਧ ਹੈਗੀ ਹੈ ਔਰ ਇਸ ਦੇ ਨਾਲ ਜਿਹੜੇ ਸਾਡੇ ਬਲੱਡ ਬੈਂਕਸ ਹੈਗੇ ਆ ਉਹ ਵੀ ਸਾਡੇ ਲਈ ਸਾਡੇ ਤਿਆਰ ਹੈਗੇ ਆ ਇਹਨਾਂ ਦੇ ਪੇਸ਼ੈਂਟਸ ਨੂੰ ਜਿਹੜਾ ਧਿਆਨ ਰੱਖਣ ਵਾਸਤੇ ਜਿੰਨਾ ਵੀ ਇਹਨਾਂ ਨੂੰ ਪਲੇਟਲੈਟਸ ਵਗੈਰਾ ਦੀ ਜ਼ਰੂਰਤ ਪੈਂਦੀ ਹੈ ਕਿਉਂਕਿ ਇਸ ਕੇਸ 'ਚ ਪਲੇਟਲੈਟਸ ਘੱਟ ਰਹੀ ਹੈ ਸੋ ਪਲੇਟਲੈਟਸ ਨੂੰ ਵੀ ਪੂਰੀਆਂ ਕਰਨ ਵਾਸਤੇ ਸਾਡੇ ਬਲੱਡ ਬੈਂਕ ਤਿਆਰ ਹੈਗੇ। ਥੈਂਕ ਯੂ ਸਰ।